मैं क्या सुनते हो जी, आ बाहरले घर वालियां दी कुड़ी दा रिश्ता हो गया, सुनिया तुसी कुछ? ओ आहो सुनिया मैं, चलो वधिया होया, हो गया ऊ भी कुड़ी दी उम्र खासी हो गई थी उहदी। ਉਹਨਾਂ ਦੀ ਕੁੜੀ ਦੀ ਤਾਂ ਉਮਰ ਵੀ ਖਾਸੀ ਹੋ ਗਈ ਸੀ, ਉਹਨਾਂ ਨੇ ਤਾਂ ਰਿਸ਼ਤਾ ਵੀ ਕਰਤਾ। ਆਪਣੀ ਛਿੰਦੋ ਵੱਲ ਵੀ ਵੇਖੋ ਤੁਸੀਂ, ਉਮਰ ਤਾਂ ਆਪਣੀ ਕੁੜੀ ਦੀ ਵੀ ਕਾਫੀ ਹੋਈ ਪਈ ਆ। ਉਹ ਕੀ ਕਰਾਂ, ਹੋਰ ਹੀ ਨਹੀਂ ਕਬੀਲਦਾਰੀ 'ਚੋਂ ਬਾਹਰ ਨਿਕਲ ਜਾਂਦਾ। ਇੱਕ ਤਾਂ ਘੱਟ ਜਿਵੇਂ ਹੋਣ ਕਰਕੇ ਨਾ ਵਿਆਹ ਬਾਰੇ ਸੋਚਣਾ ਵੀ ਔਖਾ ਹੋਇਆ ਪਿਆ, ਪੈਸੇ ਹੀ ਬਹੁਤ ਲੱਗਦਾ ਵਿਆਹਾਂ 'ਤੇ। ਦੇਖ ਲਓ ਜੀ, ਕੋਈ ਚੱਜ ਦਾ ਰਿਸ਼ਤਾ ਲੱਭਦਾ ਹੈ, ਆਪਾਂ ਵੀ ਕੁੜੀ ਦੇ ਹੱਥ ਪੀਲੇ ਕਰ ਦਈਏ। ਉਹ ਮੈਂ ਕਹਿੰਦਾ ਬੁੱਟੇ ਨੂੰ ਵੀ ਕੋਈ ਦੇਖ ਵਧੀਆ ਰਿਸ਼ਤਾ, ਬੰਦੇ ਵੀ ਸਾਡੇ ਵਰਗੇ ਮਾਤੜ ਹੋਣ ਤਾਂ ਕਰਦਾ ਨੇ ਰਿਸ਼ਤਾ, ਬਾਲੇ ਤਕੜੇ ਵੀ ਨਹੀਂ ਹੋਣੇ ਚਾਹੀਦੇ। ਕੁੜੀ ਤਕੜੇ ਕਰ ਜਾਊਗੀ ਤਾਂ ਆਪਾਂ ਵੀ ਸੌਖੇ ਰਹਾਂਗੇ ਅਤੇ ਛਿੰਦੋ ਵੀ ਸੌਖੀ ਰਹੂਗੀ। ਬੂਟੇ ਨੂੰ ਕਹਿ ਬਈ ਕੋਈ ਚੱਜ ਦਾ ਘਰ ਲੱਭੇ। ਉਹ ਕਮਲੀਏ, ਜੇ ਤਕੜੇ ਘਰ ਨਾਲ ਮੱਥਾ ਲਾਵਾਂਗੇ ਨਾ, ਅਗਲੇ ਨੇ ਸਾਰੀ ਜ਼ਿੰਦਗੀ ਪੈਰ ਨਹੀਂ ਲੱਗਣ ਦੇਣੇ, ਇਸ ਕਰਕੇ ਆਪਣੇ ਬਰਾਬਰ ਦਾ ਹੀ ਟੋਲਦੇ ਹਾਂ ਕੋਈ। ਹੈਂ ਲੈ, ਹੁਣ ਨਹੀਂ ਉਹ ਗੱਲਾਂ ਰਹਿ ਗਈਆਂ, ਹੁਣ ਤਾਂ ਮੁੰਡੇ ਕੁੜੀਆਂ ਬਹੁਤ ਸਿਆਣੇ ਹੋ ਗਏ। ਚੁੱਪ ਕਰਕੇ ਨਾ ਤੁਸੀਂ ਬੂਟੇ ਨਾਲ ਗੱਲ ਕਰੋ, ਹੈਂ ਬਈ ਕੋਈ ਵਧੀਆ ਜਿਹਾ ਘਰ ਲੱਭੇ। ਆਹੋ ਵਿਆਹ ਤਾਂ ਕਰਨਾ ਹੀ ਆ। ਹਾਂ, ਕਿਹਦੇ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਹੋ ਬੇਬੇ ਜੀ? ਕਿਹਦੇ ਵਿਆਹ ਦੀਆਂ ਗੱਲਾਂ ਕਰਨੀਆਂ ਧੀਏ, ਤੇਰੇ ਵਿਆਹ ਦੀਆਂ ਕਰਦੇ ਗੱਲਾਂ, ਬਈ ਕੋਈ ਚੱਜ ਦਾ ਘਰ ਮਿਲ ਜਾਏ। ਬੇਬੇ ਮੈਂ ਨਹੀਂ ਹਜੇ ਵਿਆਹ ਕਰਾਉਣਾ ਗਾ। ਕਰਵਾਉਣਾ ਕਿਉਂ ਨਹੀਂ, ਤੇਰੇ ਹਾਣ ਦੀਆਂ ਕੁੜੀਆਂ ਜਵਾਕਾਂ ਵਾਲੀਆਂ ਹੋ ਗਈਆਂ, ਤੂੰ ਕਹਿੰਦੀ ਹੈ ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਬੇਬੇ ਮੈਨੂੰ ਲੱਗਦਾ ਨਾ ਮੇਰੀਆਂ ਦੋ ਰੋਟੀਆਂ ਵੀ ਤੁਹਾਨੂੰ ਭਾਰੀ ਲੱਗਦੀਆਂ, ਇਸ ਲਈ ਮੇਰਾ ਫਾਹਾ ਵੱਢਣ ਨੂੰ ਫਿਰਦੇ ਹੋ। ਉਹ ਪੁੱਤ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾ ਲੈਣ ਦੇ, ਅਸੀਂ ਚਾਹੁੰਦੇ ਨਾ ਤੂੰ ਸਾਡੇ ਜਿਉਂਦੇ ਜੀ ਸੁੱਖੇ ਸੰਦੇ ਆਪਣੇ ਘਰ ਜਾਵੇਂ। ਬਾਪੂ ਇਹ ਨਹੀਂ ਮੇਰਾ ਘਰ। ਉਹ ਇਹ ਵੀ ਤੇਰਾ ਘਰ ਆ ਪੁੱਤ, ਪਰ ਧੀਆਂ ਨੇ ਇੱਕ ਦਿਨ ਬਗਾਨੇ ਘਰ ਜਾਣਾ ਹੀ ਹੁੰਦਾ, ਉਹ ਇਹਨਾਂ ਨੂੰ ਤਾਂ ਰਾਜੇ ਰਾਣੇ ਨਹੀਂ ਰੱਖ ਸਕੇ। ਨਾਲੇ ਧੀ ਦਾ ਅਸਲੀ ਘਰ ਨਾ ਉਹਦਾ ਸਹੁਰਾ ਘਰ ਹੁੰਦਾ। ਅਸੀਂ ਚਾਹੁੰਦੇ ਹਾਂ ਕੱਲ੍ਹ ਤੇਰਾ ਵਿਆਹ ਹੋਵੇ, ਬੱਚੇ ਹੋਣ ਜਿਹੜੇ ਸਾਨੂੰ ਨਾਨਾ ਨਾਨੀ ਕਹਿਣ। ਲੈ ਦੇਖੀ ਸ਼ਰਮ ਆ ਗਈ, ਕਮਲੀ ਨਾ ਹੋਵੇ ਤਾਂ। ਚੱਲ ਤੁਸੀਂ ਖੇਤ ਜਾਣ ਨੂੰ ਕਹਿੰਦੇ ਸੀ। ਆਹੋ ਮਾਰ ਆ ਉਹਨਾਂ ਗੇੜਾ, ਨਾਲੇ ਜੇ ਟਾਈਮ ਲੱਗ ਗਿਆ ਬੁੱਟੇ ਕੋਲ ਜਾਊਂਗਾ। ਛਿੰਦੋ ਪੁੱਤ ਆ ਚਾਹ ਲੈ ਕੇ ਆਈ, ਮੈਂ ਖੇਤ ਜਾਇਆ ਵਾਂ। ਫਿਰ ਉਹ ਹੋਰ ਬਾਈ ਬੂਟਾ ਸਿਆਂ ਕਿਵੇਂ ਆ? ਠੀਕ ਆ, ਹੋਰ ਤੂੰ ਸੁਣਾ ਕਿੱਧਰ ਚੱਲਿਆ ਸੀ ਤਾਕਰ ਸਿਆਂ? ਉਹ ਬਸ ਜਾਣਾ ਕਿੱਥੇ ਆ ਬਾਈ, ਖੇਤ ਕ ਨਹੀਂ ਚੱਲਿਆ ਤੀ ਗੇੜਾ ਮਾਰਨ। ਅੱਛਾ, ਅਰ ਤੂੰ ਕਿੱਧਰ ਚੱਲਿਆ ਤਿਆਰ ਹੋ ਕੇ? ਉਹ ਚੱਲ ਵਧੀਆ ਮਾਰਿਆ ਗੇੜਾ, ਮੈਂ ਵੀ ਅੱਜ ਨਾਲ ਦੇ ਪਿੰਡ ਰਾਮੇ ਚੱਲਿਆ ਤੀ। ਉਹ ਆਪਣਾ ਸੁਰਜੀਤ ਨਹੀਂ ਹੈਗਾ ਲਵਲੀ? ਅੱਛਾ, ਉਹਦੇ ਤੱਕ ਕੰਮ ਤੀ ਥੋੜ੍ਹਾ ਜਿਹਾ। ਉਹ ਮੈਂ ਕਿਹਾ ਚੱਲ ਕੰਮ ਕਾਰ ਤਾਂ ਚੱਲਦੇ ਰਹਿੰਦੇ ਨੇ, ਉਹਦਾ ਵੀ ਲਾਂਭਾ ਜਿਹਾ ਲਾਇਆ ਮੈਂ, ਪਹਿਲਾਂ ਵੀ ਕਈ ਵਾਰੀ ਸੁਨੇਹਾ ਜਿਹਾ ਭੇਜਤਾ ਉਹਨੇ। ਸੱਚੋ ਬੁੱਟਿਆ ਤੇਰੇ ਨਾਲ ਇੱਕ ਗੱਲ ਕਰਨੀ ਆ। ਹਾਂ ਬੋਲ ਭਾਈ, ਕੀ ਗੱਲ ਆ? ਬਾਈ ਬੁੱਟੇ ਗੱਲ ਤਾਂ ਆ ਹੈ ਬਾਈ, ਆਪਣੀ ਛਿੰਦੋ ਬਾਤੇ ਨਾ ਕੋਈ ਘਰ ਬਾਰ ਦੇਖ, ਤੈਨੂੰ ਪਤਾ ਹੀ ਆ ਕੁੜੀ ਜਵਾਨ ਹੋ ਗਈ, ਮੈਂ ਸੋਚਿਆ ਵਿਆਹ ਕਰ ਦਈਏ। ਗੱਲ ਤੇਰੀ ਸਿਆਣੀ ਆ, ਅੱਜ ਕੱਲ੍ਹ ਸਮਾਂ ਵੀ ਮਾੜਾ ਭਾਈ, ਧੀ ਪੁੱਤ ਤਾਂ ਟਾਈਮ ਨਾਲ ਵਿਆਹ ਜਾਣਨਾ ਉਹੀ ਵਧੀਆ। ਉਹ ਬਸ ਆਹੀ ਗੱਲਾਂ ਕਰਕੇ ਤਾਂ ਡਰ ਲੱਗਦਾ ਵੀ ਧੀ ਭੈਣ ਆਪਣੀ ਇੱਜ਼ਤ ਲੈ ਕੇ ਆਪਣੇ ਘਰੇ ਵਗ ਜੇ। ਭਾਈ ਦੇਖ ਕੋਈ ਜੇ ਤੇਰੀ ਨਿਗਾਹ 'ਚ ਕੋਈ ਹੈਗਾ ਤਾਂ, ਹੈਂ ਤੂੰ ਤਾਂ ਤੁਰਦਾ ਫਿਰਦਾ ਰਹਿੰਦਾ। ਮੈਂ ਕਰਦਾ ਗੌਰ, ਮੁੰਡਾ ਮੇਰੀ ਨਿਗਾਹ 'ਚ ਹੈਗਾ ਇੱਕ, ਘਰ ਬਾਰ ਵੀ ਠੀਕ ਆ ਔਰ ਮੁੰਡਾ ਵੀ ਸੋਹਣਾ, ਬਾਕੀ ਉਹਨਾਂ ਨਾਲ ਗੱਲ ਕਰਕੇ ਪਤਾ ਲੱਗੂ। ਕੱਢ ਕੇ ਟਾਈਮ ਮਾਰ ਕੇ ਆ ਗਿਆ ਬਾਈ, ਪੁੱਛ ਉਹਨਾਂ ਨੂੰ ਕੀ ਕਹਿੰਦੇ ਨੇ, ਜੇ ਕੋਈ ਗੱਲ ਨੇੜੇ ਲੱਗਦੀ ਹੋਈ ਆਪਾਂ ਦੇਖ ਦਿਖਾਈ ਕਰਕੇ ਵਿਆਹ ਕਰ ਦਾਂਗੇ। ਗੱਲ ਤਾਂ ਤੇਰੀ ਠੀਕ ਆ, ਐਂ ਤਾਂ ਟਾਈਮ ਲੱਗਣਾ ਨਹੀਂ, ਮੈਂ ਅੱਜ ਉੱਧਰ ਹੀ ਚੱਲਿਆ, ਉਹਨਾਂ ਦੇ ਵੀ ਜਾਊਂਗਾ। ਬੁੱਟੇ ਬਾਈ ਬਣ ਕੇ ਨਾ ਜੇ ਤੂੰ ਮੇਰਾ ਆਹ ਕੰਮ ਕਰਦੇ ਮੈਂ ਤੇਰਾ ਸਾਨ ਜ਼ਿੰਦਗੀ ਭਰ ਨਹੀਂ ਭੁੱਲੂੰਗਾ। ਉਹ ਨਹੀਂ ਨਹੀਂ ਆਪਾਂ ਭਾਈ ਹਾਂ, ਹੱਦ ਹੋ ਗਈ ਸਦਾਕਰ ਸਿਆਂ,
तू फिक्र क्यों करदा हुण मेरी जिम्मेवारी आ बस ठीक मुंडे वाले नाल गल करूंगा अज और तेनू शाम नूं दसूंगा बस ठीक है भाई तू फिक्र ना कर जमी हुण चल वधिया गल आ बस ठीक है भाई मैं चलना खेत नूं आ मोटर पुछी हुई है किसी दी पानी वास्ते हैं बस तू मेरा आगमन ना भुल जी ओ ना ना छिंदो कड़ा बगानी आ जही जी छिंदो तेरी थी उही जी मेरी थी मैं पक्का जाके आऊंगा अज मैं गल करके अजे दसूं तेनू चल चंगा सदाकर सिंह मैं चलदा होर काम चाहे रह जाए ये नहीं छड़दा मैं हाँ ठीक चल ठीक आ बाकी फिक्र ना करी तू बस याद रखी ये मुंडा भी ना सारा दिन बाहरे फिरदा रहिंदा पता नहीं सवेर दा किथे गया है सी बेजसे तू सवेर दा किथे गया होया सी बेबे लंबड़ां दे घरे गया थी मैं तां उन्हां दे मुंडे नूं दाज च मरुती मिली है उही देखण गया सी बेफिकर क्यों करदा है पुत तेरे ब्याह च भी आपां मरुती लवांगे सुख नाल 12 किल्लियां दा मालक है मेरा पुत 12 किल्लियां दा मेरा पुत केड़ा किसे नालों घट है मरुती तां लवांगे बेबे जे मेरे सहुरिआं ने मरुती ना दित्ती फिर जे मरुती ना दित्ती स्कूटर तां आपां पक्का लवांगे पुत स्कूटर तां देना बणदा उहनां दा बेबे तू स्कूटर पहले ही ना मंग के बह जी किते शगन लाए तो बिना ही मुड़ जाण अगले नाले लोकां ने गल्लां बना लैणियां भी जैले के लाने वाले दाज दे भुखे आ भी सहुरिआं तो दाज मंगदे सी तां करके रिश्ता नहीं होया बे मैं इन्नी मूर्खता नहीं हैगी कि पहले ही स्कूटर मंगण लग जा स्कूटर तां मैं उदों मंगूंगी जदों कुड़ी व्याह के घर लै आंदी फिर किथे भज्जणगे तेरे सहुरे फिर तां स्कूटर देना पऊ ओ सासरीकाल भरजाई होर तकड़ियां हां सासरीकाल बूटिया तू सुना किदा बे मैं तां तकड़ियां तू सुना खैर सुख है घर किवें मारिया गेड़ा अज बूटिया तेरा किधरों दिल कीता साडे लवे गेड़ा मारन दा बेजसे जा अपने चाचे वास्ते चाह धर लै हाँ लियो ना बेबे पत्ती थोड़ी जी तेज पा लई हाँ हाँ पत्ती मैं थोड़ी जी तेज पीना मैनू तां तेरा पता आ हाँ हाँ भाभी खैर सुख्या कल मैनू पिंडों एक बंदा मिल गया वो अपना मित्र प्यारा ही आ वो मैनू कहिंदा भी मेरी कुड़ी दा रिश्ता करा फिर मेरे दिल च ख्याल आया भी अपना जस्सा भी तां कुवारा ही आ हजे क्यों ना वो कुड़ी दा रिश्ता जस्से नूं करा दीए नाले कुड़ी पढ़ी लिखी आ सोहनी सुनखी आ की ख्याल आ भरजाई ले दस बूटिया नेकी ते पूछ पूछ होर सानू की चाहीदा जस्सा जेहो जेहा मेरा मुंडा ओहो जेहा तेरा मुंडा ओ तां है भरजाई जे तैनू चंगा लगदा तू तोर गल असी भी तां करना जस्से दा रिश्ता बस ठीक आ भरजाई नाले मेरी गल सुन ला वो बंदे हैगे मातड़ ओना ने लेना देना कुछ नहीं ले दस बूटिया अपने घरे किसे चीज दी कमी है नानक दा दित्ता सब कुछ आ दाते ने सुख ना रंग लाए पए ने सानू की लोड़ पई आ किसे तो कुछ मंगण दी है असी केड़ा दाज दहेज दे भुखे आ सच्ची भरजाई आ गल करके तां तू जमी मेरा दिल जित लिया इत्थों पता लगदा भरजाई भी तू रजे फुजे खानदान दी धीआ ओ नाले कीड़ा शेड़ा लगता रहू घरे ऐ बूटिया ले चाचा चाह चाह पी ला तू भी अपने लिए पा लिया चाचा साडे वालों तो कुड़ी तीन कपड़े च तोर दियो सानू नहीं लालच हैगा दूजिया वांगू दाज लैण दा साडे कड़ा कमी है कोई वाह ओए भतीज सच्ची रूह खुश हो गई मेरी तां मैं कल गल करदा उहनां नाल फिर आपां देख दिखाई दा दिन रख के कमर बेड़ दांगे बस ठीक है बूटिया जिवें भी गल होई सानू दस दियो हाँ दस दूंगा चल चंगा भरजाई मैं हुण चलदा नाले सच एक गल होर बंदे दी नीत नहीं भुखी होनी चाहीदी जेब चाहे खाली होवे बाकी मैनूं लगदा भी गल बण जू अपनी चल ठीक है बूटिया कोई ना जिद्दां भी गल होई मैनूं फोन कर दे हाँ चल चंगा भरजाई सत श्री अकाल
ਸਾਸਰੀਕਾ ਚੰਗਾ ਮੁੰਡਾ ਚੰਗਾ ਚਾਚਾ ਲੈ ਜੱਸਿਆ ਅੱਜ ਹੀ ਤੇਰੇ ਵਿਆਹ ਦੀ ਗੱਲ ਤੋਰਦੇ ਸੀ ਸੁੱਖ ਨਾਲ ਅੱਜ ਹੀ ਰਿਸ਼ਤਾ ਲੈ ਕੇ ਆ ਗਿਆ ਤੇਰਾ ਚਾਚਾ ਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸਹੀ ਕਹਿਣੀ ਹੈ ਬੇਬੇ ਆ ਗਲਾਸ ਚੱਕ ਲਾ ਪੁੱਤ ਲੈ ਆ ਵੀ ਲੈ ਜਾ ਪੁੱਤ जाए खेत मिल गई मोटर जड़ी पूछी सी हाँ लाया है पानी मिल गई थी होर भी सदाकर से हाँ बैठा करी हाँ बैठे हैं भाई होने आया थी मैं भी खेतों होर ठीक ठाक हाँ बढ़िया भाई जाया है या हाँ जाया है होर पर जाई तकड़ी है तू भी हाँ भाई तकड़ी है होर सुना तेरे जवाक जल्ले ठीक है ऐन मौज हो रही है पर जाई चाचा जी सस्त्रीकाल आलो पानी आलो डैडी तुसी भी होर कुड़िये राजी बाजियां हां जी चाचा जी वधिया राजी बाजी शिंदो पुत अपने चाचे लई चाह बना लिया लियानी आ बेबे ले ग्लास ले जी होर सुना पुटिया गया सी हुई गल बात मुंडे नाल ओए ओही दसन आया सदागर सिया मैं अज गया ते उन्हां दे घरे मुंडा सोहना सनखा नाले 12 किले पैली भी हैगी आ ओ कल्ला कल्ला मुंडा नाले अपनी छिंदो दा हान प्रवान भी आ मैं तां कहना इक नंगणो चुप करके पक ठक कर दो एदू वधिया मुंडा दे घर नहीं लभना हैगा भाई ये तैनूं गल जचदी आ ਤਾਂ ਠੀਕ ਆ ਫਿਰ ਆਪਾਂ ਦੇਖ ਦਿਖਾਈ ਕਰ ਲੈਂਦੇ ਹਾਂ ਆਪਾਂ ਮੁੰਡਾ ਦੇਖ ਲਾਂਗੇ ਨਾਲੇ ਆਪਣੀ ਸ਼ਿੰਦਰ ਨੂੰ ਦੇਖ ਲਾਂਗੇ ਉਹ ਬੂਟੇ ਆਹ ਗੱਲ ਤਾਂ ਤੇਰੀ ਠੀਕ ਹੈ ਜਿਹੜੀ ਮੁੰਡੇ ਨੂੰ 12 ਕਿੱਲੇ ਪੈਲੀ ਆਉਂਦੀ ਆ ਸਾਡੀ ਛਿੰਦੋ ਵੀ ਉੱਥੇ ਰਾਜੀ ਬਾਜੀ ਰਹੂਗੀ ਬੂਟਿਆ ਬਈ ਇੰਨੀ ਪੈਲੀ ਵਾਲੇ ਦਾਜ ਵੀ ਮੰਗਣਗੇ ਉਹਨਾਂ ਨੂੰ ਪਹਿਲਾਂ ਕਹਿ ਦੇਣਾ ਸੀ ਵੀ ਅਸੀਂ ਕੋਈ ਬਾਲੀਆਂ ਜ਼ਮੀਨ ਵਾਲੇ ਨਹੀਂ ਹੈਗੇ ਸਾਡੇ ਕੋਲ ਤਾਂ ਇਕੱਲੀ ਕੁੜੀ ਆ ਬਾਈ ਪਹਿਲਾਂ ਗੱਲ ਕਰੀ ਠੀਕ ਰਹਿੰਦੀ ਆ ਉਹ ਮੈਂ ਕਿਹਾ ਤੂੰ ਫਿਕਰ ਨਾ ਕਰ ਸਦਾਗਰ ਸਿਆ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਵੀ ਸਾਡੇ ਕੋਲ ਤਾਂ ਇਕੱਲੀ ਕੁੜੀ ਆ ਭਾਈ ਜੇ ਕੋਈ ਦਾਜ ਦੂਜ ਦੀ ਮੰਗ ਹੈਗੀ ਆ ਤਾਂ ਪਹਿਲਾਂ ਦੱਸ ਦਿਓ ਹਾਂ ਫਿਰ ਕੀ ਕਹਿੰਦੇ ਉਹ ਉਹਨਾਂ ਨੇ ਕੀ ਕਹਿਣਾ ਮੁੰਡੇ ਦੀ ਬੇਬੇ ਕਹਿੰਦੀ ਸਾਡੇ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਛ ਆ ਸਾਨੂੰ ਕਿਹੜਾ ਭੁੱਖਾ ਕਿਸੇ ਚੀਜ਼ ਦੀ ਇੰਨੇ ਚੰਗੇ ਜੀ ਆ ਇਹ ਤਾਂ ਠੀਕ ਆ ਬੁੱਟਾ ਸਿਆ ਨਾਲੇ ਅਸੀਂ ਕਿਹੜਾ ਕੁੜੀ ਨੂੰ ਖਾਲੀ ਹੱਥ ਤੋਰਾਂਗੇ ਜਿੰਨਾ ਕੁ ਸਾਤੂ ਸਰੂਗਾ ਓਨਾ ਕੁ ਤਾਂ ਕਰਾਂਗੇ ਹੀ ਨਾਲੇ ਇਕੱਲੀ ਇਕੱਲੀ ਮੇਰੀ ਧੀ ਆ ਨਾਲੇ ਜਿੰਨਾ ਕੁ ਮਾਂ ਬਾਪ ਤੋਂ ਸਰਦਾ ਓਨਾ ਕੁ ਤਾਂ ਕਰਦਾ ਹੀ ਅਗਲਾ ਹੈ ਉਹਦਾ ਕਰਾਂਗੇ ਹੀ ਫਿਰ ਵੀ ਇਕੱਲੀ ਇਕੱਲੀ ਧੀ ਆ ਸਾਡੀ ਵੀ ਖਾਲੀ ਹੱਥ ਨਹੀਂ ਤੋਰਦੇ ਕੁਛ ਦੇ ਕੇ ਹੀ ਤੋਰਾਂਗੇ ਚਾਚਾ ਜੀ ਚਾਹ ਹਾਂ ਹਾਂ ਭਾਈ ਦੱਸੋ ਫਿਰ ਕਦੋਂ ਰੱਖੀਏ ਦੇਖ ਦਿਖਾਈ ਦਾ ਟਾਈਮ ਜੇ ਤਾਂ ਤੁਹਾਡੇ ਵੱਲੋਂ ਹਾਂ ਆ ਫਿਰ ਤਾਂ ਮੈਂ ਉਹਨਾਂ ਨੂੰ ਸੁਨੇਹਾ ਲਾਵਾਂ ਦੇਖ ਲਓ ਮੈਂ ਤਾਂ ਕਹਿੰਦਾ ਆਉਂਦੇ ਬੁੱਧਵਾਰ ਦਾ ਰੱਖ ਲੈਣੇ ਕਿਉਂ ਮਨਜੀਤ ਕੁਰੇ ਲੈ ਹੋਰ ਉਹ ਕਹਿੰਦੇ ਨੇ ਨਾ ਬੁੱਧ ਕੰਮ ਸੁੱਧ ਹੈਗਾ ਨਾ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਹਾਂ ਬਸ ਠੀਕ ਆ ਫਿਰ ਮੈਨੂੰ ਤਾਂ ਆਇਆ ਹੈ ਵੀ ਕੁੜੀ ਘਰੇ ਵਗ ਜੇ ਅਸੀਂ ਵੀ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ ਜਾਵਾਂਗੇ ਬਸ ਠੀਕ ਆ ਸਦਾਗਰ ਸਿਆ ਆਪਾਂ ਬੁੱਧਵਾਰ ਦਾ ਹੀ ਰੱਖ ਲੈਂਦੇ ਹਾਂ ਮੈਂ ਲਾ ਦਿੰਦਾ ਸੁਨੇਹਾ ਉਹਨਾਂ ਨੂੰ ਬਾਕੀ ਜਿਹੜੀ ਗੱਲ ਤੁਸੀਂ ਕਰਨੀ ਆ ਆਪਾਂ ਸਾਹਮਣੇ ਬੈਠ ਕੇ ਕਰਾਂਗੇ ਉਹ ਨਾਲੇ ਆਪਾਂ ਕਿਹੜਾ ਕੋਈ ਓਹਲਾ ਰੱਖਣਾ ਇਹ ਤਾਂ ਗੱਲ ਠੀਕ ਆ ਤੇਰੀ ਚਲੋ ਚੰਗਾ ਜੀ ਬਾਈ ਕਰੋ ਫਿਰ ਤਿਆਰੀ ਠੀਕ ਆ ਸਤਿ ਸ੍ਰੀ ਅਕਾਲ ਭਾਈ ਛਿੰਦੋ ਗੱਲ ਪੱਕੀ ਹੋ ਗਈ ਪੁੱਤ ਤੇਰੇ ਰਿਸ਼ਤੇ ਦੀ ਸ਼ਰਮਾ ਗਈ ਲੈ ਵੀ ਸਦਾਗਰ ਸਿੰਘ ਨੇ ਤਾਂ ਕਰਤੀ ਹਾਂ ਹੁਣ ਐ ਕਰਾਂ ਭਰਜਾਈ ਨੂੰ ਵੀ ਫੋਨ ਕਰੇ ਦੇਵਾਂ
ਲੈ ਆ ਤਾਂ ਬੂਟੇ ਦਾ ਲੱਗਦਾ ਫੋਨ ਆ ਗਿਆ। ਹੈਲੋ। ਹਾਂ ਭਰਜਾਈ ਤਕੜੀ ਆ। ਹਾਂ ਵੇ ਬੂਟਿਆ ਮੈਂ ਤਾਂ ਤਕੜੀ ਆ, ਤੂੰ ਸੁਣਾ। ਅੱਛਾ ਖੁਸ਼ਖਬਰੀ ਇੱਕ। ਖੁਸ਼ਖਬਰੀ? ਉਹ ਕੁੜੀ ਵਾਲੇ ਨੇ ਹਾਂ ਕਰਤੀ। ਅੱਛਾ ਆ ਤਾਂ ਬਾਲੀ ਵਧੀਆ ਖਬਰ ਦਿੱਤੀ ਆ ਤੂੰ ਸਾਨੂੰ। ਹਾਂ ਹਾਂ ਆਉਂਦੇ ਬੁੱਧਵਾਰ ਦਾ ਪ੍ਰੋਗਰਾਮ ਰੱਖਦਾ, ਨਾਲੇ ਹੁਣ ਤੁਸੀਂ ਆਪਣੀਆਂ ਤਿਆਰੀਆਂ ਕਰ ਲਓ। ਕੋਈ ਨਹੀਂ, ਬੁੱਧਵਾਰ 'ਚ ਕਿਹੜਾ ਗੋਡੇ ਆ, ਬੁੱਧਵਾਰ ਦੀ ਤਿਆਰੀ ਕਰ ਲੈਂਦੇ ਹਾਂ ਅਸੀਂ। ਨਾਲੇ ਭਾਈ ਤੁਸੀਂ ਕੁੜੀ ਨਿਗਾਹ 'ਚ ਕੱਢ ਲਿਓ, ਨਾਲੇ ਉਹ ਮੁੰਡਾ ਦੇਖ ਲੈਣਗੇ, ਔਰ ਜਿਹੜੀ ਗੱਲਬਾਤ ਹੋਊਗੀ ਸਾਰੀ ਸਾਹਮਣੇ ਬੈਠ ਕੇ ਹੋਜੂ। ਆਹੋ ਨਾਲੇ ਕੁੜੀ ਨੂੰ ਨਿਗਾਹ ਵੱਜ ਜਾਊਗੀ, ਕੁੜੀ ਮੁੰਡੇ ਨੂੰ ਪਸੰਦ ਕਰ ਲਊਗੀ, ਮੁੰਡਾ ਕੁੜੀ ਨੂੰ ਪਸੰਦ ਕਰ ਲਊਗਾ। ਬਾਕੀ ਗੱਲ ਬੂਟੇ ਆਪਾਂ ਬਹਿ ਕੇ ਕਰ ਲਵਾਂਗੇ, ਤੈਨੂੰ ਪਤਾ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਸਾਨੂੰ ਕਿਹੜਾ ਕਿਸੇ ਚੀਜ਼ ਦੀ ਭੁੱਖ ਹੈ ਭਾਈ। ਉਹ ਹਾਂ ਹਾਂ ਮਿੱਠਾ ਵੀ ਕਰਾਂਗੇ ਕੌੜਾ ਵੀ ਕਰਾਂਗੇ, ਪਹਿਲਾਂ ਆਪਣਾ ਪ੍ਰੋਗਰਾਮ ਸਿਰੇ ਚੜ੍ਹ ਜਾਣ ਦੇ, ਨਾਲੇ ਮੇਰੇ ਵਾਸਤੇ ਛਾਂਪ ਬਣਾ ਲਾ ਹੁਣ, ਉਹ ਆਖਰ ਨੂੰ 12 ਕਿੱਲਿਆਂ ਦੀ ਮਾਲਕਣਾ, ਨਾਲੇ ਮੁੰਡਾ ਕਿਹੜਾ ਰੋਜ਼ ਰੋਜ਼ ਵਿਆਹਣਾ ਆਪਾਂ ਨੇ। ਪਾ ਦੂੰਗੀ ਤੈਨੂੰ ਛਾਪ ਵੀ, ਨਾਲੇ ਤੇਰਾ ਮੂੰਹ ਮਿੱਠਾ ਕਰਾ ਦੂੰ, ਨਾਲੇ ਕਰਾ ਦੂੰ ਕੌੜਾ, ਤੇਰੀਆਂ ਤਾਂ ਆਹੀ ਰਹੀਆਂ। ਹਾਂ ਹਾਂ ਬਸ ਕਰ ਲਓ ਤਿਆਰੀ ਫਿਰ। ਚੰਗਾ ਭਰਜਾਈ ਮਿਲਦੇ ਹਾਂ ਫਿਰ ਬੁੱਧਵਾਰ ਨੂੰ। ਚੱਲ ਚੰਗਾ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਫਿਰ ਆਪਾਂ ਬੁੱਧਵਾਰ ਨੂੰ। ਹਾਂ ਹਾਂ ਮੈਨੂੰ ਪਿੰਡੋਂ ਲੈ ਜਾ ਕੇ। ਹਾਂ ਹਾਂ ਤੈਨੂੰ ਪਿੰਡੋਂ ਲੈ ਜਾਵਾਂਗੇ। ਚੱਲ ਠੀਕ ਆ ਭਰਜਾਈ, ਕਰੋ ਤਿਆਰੀ ਤੁਸੀਂ। ਚੰਗਾ ਬੂਟਿਆ, ਸਤਿ ਸ਼੍ਰੀ ਅਕਾਲ। ਲੈ ਆ ਤਾਂ ਬਾਹਲੀ ਵਧੀਆ ਖੁਸ਼ਖਬਰੀ ਦੇ ਦਿੱਤੀ, ਚੱਲ ਹੁਣ ਮੈਂ ਜੱਸੇ ਨੂੰ ਦੱਸਦਾ। ਬੇ ਜੱਸੇ, ਆ ਮੁੰਡਾ ਵੀ ਨਾ ਸੁਣਦਾ ਹੀ ਨਹੀਂ ਗੱਲ, ਚੱਲ ਜਾ ਕੇ ਦੱਸਦੀ ਹਾਂ। ਹਾਂ ਭਾਈ ਸਤਾਗਰ ਸਿੰਘ ਜੀ, ਆ ਬੈਠਿਆ ਮੁੰਡਾ, ਆ ਬੈਠੀ ਆ ਮੁੰਡੇ ਦੀ ਮਾਂ, ਜਿਹੜੀ ਵੀ ਤੁਸੀਂ ਗੱਲ ਖੋਲਣੀ ਆ ਹੁਣੇ ਖੋਲ ਲਓ ਭਾਈ, ਬਾਅਦ 'ਚ ਐਂ ਨਾ ਕਹੀਂ ਫਿਰ ਵੀ ਬੂਟੇ ਨੇ ਵਿਚੋਲਿਆਂ ਨਹੀਂ ਕਰਤੀ। ਦੇਖੋ ਭੈਣ ਜੀ, ਅਸੀਂ ਕੋਈ ਬਾਹਲੇ ਤਕੜੇ ਬੰਦੇ ਤਾਂ ਹੈ ਨਹੀਂ, ਬਸ 1.5 ਕਿੱਲਾ ਪੈਲੀ ਆ, ਹੋਰ ਕੁਛ ਨਹੀਂ। ਮੈਂ ਤਾਂ ਇਹ ਕਹਿੰਦਾ ਸੀ ਸਾਡੇ ਕੋਲ ਦਾਜ ਦੇਣ ਨੂੰ ਬਾਹਲਾ ਕੁਛ ਨਹੀਂ ਹੈਗਾ, ਬਸ ਇੱਕ ਧੀ ਹੈ ਜੀ। ਭਰਾ ਜੀ ਦਾਜ ਮੰਗਿਆ ਕਿਹਨੇ ਆ, ਨਾਲੇ ਜਿਹਨੇ ਆਪਣੀ ਧੀ ਦੇ ਦਿੱਤੀ ਉਹਨੇ ਪਿੱਛੇ ਕੀ ਰੱਖਿਆ। ਸਾਨੂੰ ਤਾਂ ਭਾਈ ਕੁੜੀ ਲੱਖਾਂ ਨਾਲ ਦੀ ਹੈ, ਮੈਨੂੰ ਤਾਂ ਬਾਹਲੀ ਪਸੰਦ ਆ, ਸਾਡੇ ਵੱਲੋਂ ਭਾਵੇਂ ਅੱਜ ਤੋਰ ਦਿਓ, ਤੁਸੀਂ ਚੁੰਨੀ ਚੜਾਵਾ ਕਰ ਦਿਓ। ਜੇ ਭੈਣ ਜੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਫਿਰ ਸਾਨੂੰ ਕਾਹਦਾ ਇਤਰਾਜ਼ ਹੋਣਾ, ਕਿਉਂ ਮਨਜੀਤ ਗੁਰੇ? ਹਾਂਜੀ ਆਹ ਤਾਂ ਚੰਗੀ ਗੱਲ ਹੈ ਜੀ, ਜਿਹੜਾ ਖਰਚਾ ਆਪਾਂ ਵਿਆਹ 'ਤੇ ਕਰਾਂਗੇ ਉਹੀ ਬੱਚਿਆਂ ਨੂੰ ਦੇ ਦਾਂਗੇ ਆਪਾਂ, ਆਪਣੇ ਧੀ ਪੁੱਤ ਦੇ ਕੰਮ ਆਜੂਗਾ, ਨਾਲੇ ਜੋ ਕੁਛ ਲੈਣਾ ਹੋਇਆ ਉਹ ਲੈ ਲੈਣਗੇ। ਹਾਂ ਵੀ ਕਾਕਾ, ਤੇਰੇ ਪਸੰਦ ਆ ਕੁੜੀ? ਹਾਂ ਚਾਚਾ ਪਸੰਦ ਆ। ਅੱਛਾ ਅੱਛਾ, ਹਾਂ ਭਾਈ ਕੁੜੀਏ ਤੈਨੂੰ ਮੁੰਡਾ ਪਸੰਦ ਆ? ਜੇ ਕੋਈ ਦਿਲ 'ਚ ਗੱਲਬਾਤ ਹੈਗੀ ਆ ਤਾਂ ਹੁਣ ਦੱਸ ਦਿਓ। ਹਾਂਜੀ ਚਾਚਾ ਜੀ। ਲਓ ਜੀ ਕਰਾਓ ਫਿਰ ਮੂੰਹ ਮਿੱਠਾ, ਵਧਾਈਆਂ ਹੁਣ ਦੋਹਾਂ ਪਰਿਵਾਰਾਂ ਨੂੰ। ਤੁਹਾਨੂੰ ਵੀ ਵਧਾਈਆਂ। ਲਓ ਜੀ ਭਾਜੀ ਤੁਹਾਨੂੰ ਵੀ ਵਧਾਈਆਂ, ਭੈਣ ਜੀ ਤੁਹਾਨੂੰ ਵੀ, ਤੇ ਵਿਚੋਲਾ ਸਾਹਿਬ ਤੁਹਾਨੂੰ ਸਭ ਤੋਂ ਜ਼ਿਆਦੇ। ਇਹ ਮੇਰਾ ਦਿਓਰ ਆ ਜੀ ਬੂਟਾ, ਬਾਹਲਾ ਮਸ਼ਕਰੀਆਂ ਕਰਦਾ ਮੈਨੂੰ ਤਾਂ। ਚਲੋ ਜੀ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਦੋ ਸਿਰ ਜੋੜਤੇ। ਚਲੋ ਭਾਈ ਕਰੋ ਕੁੜੀ ਦੀ ਤਿਆਰੀ। ਜੇ ਸਾਰਿਆਂ ਨੂੰ ਮਨਜ਼ੂਰ ਆ, ਮਨਜੀਤ ਗੁਰੇ ਕਰੋ ਬੇਟੀ ਨੂੰ ਤਿਆਰ, ਕਰੋ ਤਿਆਰੀ। ਚਲੋ ਠੀਕ ਹੈ ਜੀ। ਲਓ ਜੀ ਦਿਓ ਚੁੰਨੀ ਮੇਰੀ ਨੂੰਹ ਰਾਣੀ ਤੇ। ਤੁਸੀਂ ਦੋ ਭੈਣ ਜੀ, ਤੁਹਾਡਾ ਹੱਕ ਬਣਦਾ। ਆ ਡੱਬਾ ਫੜੋ, ਮੇਰੀ ਤੈਨੂੰ ਸੌ ਸੁੱਖਾਂ ਦੀ। ਲੈ ਧੀਏ ਅੱਜ ਤੋਂ ਬਾਅਦ ਤੂੰ ਸਾਡੀ, ਝੋਲੀ ਕਰ ਪੁੱਤ। ਲੈ ਧੀਏ ਚੂੜਾ ਪਾ।
ले इधर भी पा। लिया मूह मिठा करा दा। चंगा धीए सुखी सांदी जा अपने घर नू, खुश रह हमेशा। बस रोना दिए, मैं शेदी के ना मारूंगा। मेरे शेर पुत जेड़ी तेनू सीखे दी है ना, बस वो याद रखी, बस कोई लांबा ना आवे तेरे कनियो। मेरे शेर पुत छिंदो, तू साडे घर आके खुश तो है? हाँ जी, मैं तो बहुत खुश हाँ। अचानक ही सब कुछ हो गया, अपन तो गल करन दा टाइम भी नहीं मिलिया, ना कोई रिश्तेदार सद्या। आपां इह करांगे, एक छोटी जी पार्टी कर लांगे। जिवें तुहानूं ठीक लगदा, नाले हुण मैं सारी जिंदगी तुहाडे कोल ही रहना, जिन्नियां मर्जी गल्लां कर लिओ। अच्छा, भुख तां ही लगी, लियावां कुछ तेरे वास्ते? भुख तो लगी आ, पर तुसी लेके आओगे? अज तो मैं ही लियाऊंगा, फिर तू ही लियाना सारी जिंदगी। चलो ठीक आ। किन्ने चंगे जी ने, जिउंदा रवे चाचा बूटा जिन्हें मेरा रिश्ता इन्ने वधिया करे कराया। देखी बेचारा आप लैन गया मेरे वास्ते। मनजीत देखी शिद बिना घर जमी खाली खाली लग रहा, घर आती थी मर जानी, सारा दिन बेड़े च भजी भजी फिरी जाती थी, कदे आ कर लिया कदे वो कर लिया। तुसी दिल का ते हौला करदे हो जी, तिया ने तो अपने घर जाना ही हुंदा, तुसी ना सगो खुश हो कि अपनी चिंदो नू इन्ना वधिया घर मिल गया। ओए ओ दा तेरी गल ठीक आ, पर एक वारी ती तोर के दा इतरा लगदा जे मैं अपने जिगर दा टुकड़ा कट के किसे होर नू पड़ाता होवे। ओ चुप भी करो हुण, तुसी तां ना मैनू भी रोण ला देना। तुसी ना मुंह हाथ धो लो, मैं रोटी बनानी है, रोटी खा लो। मेरे नहीं लगनी, तू खा ला अपनी। देखी आए क्यों करदे हो, सुखा नाल तां इह दिन आया, सगो रब अगे अरदास करो कि अपनी छिंदो सुखी बसे। ओ मैं तां रोज रब अगे इही अरदास करदा, पर हुण
ਸ਼ਿੰਦਰ ਨੂੰ ਤੋਰ ਕੇ ਨਾ ਸਾਰਾ ਕੁਝ ਖਾਲੀ ਖਾਲੀ ਲੱਗ ਰਿਹਾ। ਸੁੱਖ ਰੱਖੀ ਰੱਬਾ, ਮੇਰੀ ਧੀ ਕੰਨੀ ਸਦਾ ਠੰਡੀਆਂ ਹਵਾਵਾਂ ਆਉਂਦੀ ਰਹਿਣ ਪਰ ਉਹ ਕਦੇ ਤੱਤੀ ਹਵਾ ਨਾ ਲੱਗੇ। ਦੇਖੀ ਖਾ ਲਓ ਨਾ ਇੱਕ ਅੱਧੀ ਰੋਟੀ। ਨਾ ਮੇਰਾ ਜੀ ਨਹੀਂ ਕਰਦਾ, ਤੂੰ ਖਾ। ਦੇਖੀ ਕਿੰਨਾ ਮਨ ਹੌਲਾ ਕਰੀ ਬੈਠਾ ਸੀ। ਕੀ ਕਰਾਂ, ਜੀ ਤਾਂ ਮੇਰਾ ਵੀ ਨਹੀਂ ਕਰਦਾ ਰੋਟੀ ਖਾਣ ਨੂੰ। ਆ ਲਓ ਮੰਮੀ ਚਾਹ। ਕੁੜੇ ਬਹੂ, ਹਾਂਜੀ, ਜੱਸਾ ਕਿੱਥੇ ਆ? ਉਹ ਨਹਾਉਣ ਗਏ ਹੋਏ ਮੰਮੀ। ਕੀ ਗੱਲ ਆ ਬੇਬੇ? ਗੱਲ ਤਾਂ ਕੋਈ ਨੀ, ਮੈਂ ਤਾਂ ਇਹ ਕਹਿ ਰਹੀ ਸੀ ਵੀ ਤੇਰਾ ਆਹ ਮੋਟਰਸਾਈਕਲ ਬਾਹਲਾ ਪੁਰਾਣਾ ਹੋ ਗਿਆ, ਉਹਨੂੰ ਵੇਚ ਦੇ, ਆਪਾਂ ਨਵਾਂ ਮੋਟਰਸਾਈਕਲ ਲੈ ਲੈਂਦੇ ਹਾਂ। ਉਹ ਨਵੇਂ ਦਾ ਕੀ ਕਰਨਾ ਬੇਬੇ, ਨਾਲੇ ਹਾੜੀ ਨੂੰ ਕਣਕ ਜਾਊਗੀ, ਫਿਰ ਲੈ ਲਾਂਗੇ ਜੇ ਪੈਸੇ ਬਚ ਗਏ ਉੱਥੇ। ਬੇ ਬੋਟੀ ਦੇ ਪੇਕਿਆਂ ਨੂੰ ਕਹਿ ਦਿੰਦੇ ਹਾਂ, ਆਪਾਂ ਕਿਹੜਾ ਵਿਆਹ 'ਚ ਕੁਛ ਲਿਆ, ਅਸੀਂ ਕਿਹੜਾ ਵਿਆਹ 'ਚ ਉਹਨਾਂ ਦਾ ਕੋਈ ਖਰਚਾ ਕਰਵਾਇਆ ਹੈ। ਆਪਣੇ ਪਿਓ ਨੂੰ ਕਰ ਦਊਗੀ ਫੋਨ, ਮੋਟਰਸਾਈਕਲ ਲੈ ਦਊਗਾ, ਜੇ ਮੋਟਰਸਾਈਕਲ ਨਹੀਂ ਲੈ ਕੇ ਦੇ ਸਕਦੇ ਕਮ ਸੇ ਕਮ ਸਕੂਟਰ ਹੀ ਨਵਾਂ ਕਢਵਾ ਕੇ ਦੇ ਦੇਵੇ। ਮੰਮੀ ਜੀ, ਮੇਰੇ ਬਾਪੂ ਕੋਲੇ ਕਿੱਥੇ ਨੇ ਪੈਸੇ? ਸਾਡੀ ਤਾਂ ਪਹਿਲਾਂ ਹੀ ਜ਼ਮੀਨ ਗਹਿਣੇ ਹੋ ਗਈ, 1.5 ਕਿੱਲਾ ਤਾਂ ਜ਼ਮੀਨ ਸੀ ਸਾਰੀ। ਮੰਮੀ ਜੀ, ਉਹਨਾਂ ਤੋਂ ਨਹੀਂ ਦਿੱਤਾ ਜਾਣਾ ਸਕੂਟਰ, ਅਸੀਂ ਤਾਂ ਬਹੁਤ ਗਰੀਬ ਹਾਂ। ਦੇਖ ਕੁੜੇ ਬਹੂ, ਗਰੀਬ ਹੋਵੇ ਚਾਹੇ ਹੋਵੇ ਅਮੀਰ, ਸਕੂਟਰ ਤਾਂ ਤੇਰੇ ਪਿਓ ਨੂੰ ਦੇਣਾ ਹੀ ਪਊ। ਅਸੀਂ ਇੱਥੇ ਗਲੀ ਗੁਆਂਢ ਤੇ ਸ਼ਰੀਕੇ 'ਚੋਂ ਨੱਕ ਥੋੜ੍ਹੀ ਵਢਾਉਣੀ ਆ, ਲੋਕਾਂ ਨੇ ਕਹਿਣਾ ਖੋਰੇ ਦੇ ਮੁੰਡੇ 'ਚ ਕੋਈ ਕਾਣ ਹੀ ਸੀ। ਮੇਰਾ ਮੁੰਡਾ 12 ਕਿੱਲਿਆਂ ਦਾ ਮਾਲਕ ਅਤੇ ਦਾਜ 'ਚ ਇੱਕ ਸਕੂਟਰ ਨਹੀਂ ਆਇਆ, ਅਤੇ ਦਾਜ 'ਚ ਤੂੰ ਸਕੂਟਰ ਤੱਕ ਨਹੀਂ ਲਿਆਈ। ਨਾ ਭਾਈ, ਇਹ ਗੱਲਾਂ ਨਹੀਂ ਭੁੱਗਦੀਆਂ, ਕਰ ਆਪਣੇ ਪਿਓ ਨੂੰ ਫੋਨ। ਪਰ ਮੰਮੀ ਜੀ, ਪਰ ਕੁਛ ਨਹੀਂ ਬਹੂ, ਸਾਡੇ ਨਾਲੋਂ ਘੱਟ ਜ਼ਮੀਨਾਂ ਵਾਲਿਆਂ ਨੂੰ ਲੋਕ ਗੱਡੀਆਂ ਦਿੰਦੇ ਨੇ, ਅਤੇ ਮੇਰਾ ਮੁੰਡਾ ਸਕੂਟਰ ਜੋਗਾ ਵੀ ਨਹੀਂ। ਚੁੱਪ ਕਰਕੇ ਆਪਣੇ ਪਿਓ ਨੂੰ ਫੋਨ ਕਰ ਬਈ ਸਕੂਟਰ ਨਵਾਂ ਕਢਵਾ ਕੇ ਛੱਡ ਕੇ ਜਾਵੇ ਇੱਥੇ, ਅਸੀਂ ਨੱਕ ਥੋੜ੍ਹੀ ਸ਼ਰੀਕੇ 'ਚ ਵਢਾਉਣੀ ਆਪਣੀ। ਜੱਸੇ, ਤੁਸੀਂ ਕਿਉਂ ਨਹੀਂ ਕੁਛ ਕਹਿੰਦੇ ਮੰਮੀ ਨੂੰ? ਨਾਲੇ ਵਿਆਹ ਤੋਂ ਪਹਿਲਾਂ ਬੂਟੇ ਚਾਚੇ ਨੇ ਤੁਹਾਨੂੰ ਸਾਰੀ ਗੱਲ ਸਾਫ਼ ਸਾਫ਼ ਦੱਸੀ ਸੀ ਵੀ ਸਾਡੇ ਕੋਲ ਲੈਣ ਦੇਣ ਨੂੰ ਕੁਛ ਨਹੀਂ ਹੈਗਾ, ਫਿਰ ਵੀ ਤੁਸੀਂ ਸਕੂਟਰ ਮੰਗੀ ਜਾਂਦੇ ਹੋ। ਮੰਮੀ ਜੀ, ਇਹ ਤਾਂ ਗਲਤ ਆ ਗੱਲ ਤੁਹਾਡੀ। ਕੀ ਸਹੀ ਆ ਕੀ ਗਲਤ ਵਾ ਇਹ ਮੈਨੂੰ ਨਾ ਸਿਖਾ, ਨਾਲੇ ਜੱਸਾ ਕੀ ਬੋਲੂਗਾ, ਇਹ ਤਾਂ ਕੱਲ੍ਹ ਦਾ ਜਵਾਕ ਹੈ, ਇਹਨੂੰ ਕੀ ਪਤਾ ਦੁਨੀਆਦਾਰੀ ਦਾ। ਸਾਰਾ ਲੈਣ ਦੇਣ ਤਾਂ ਮੇਰੇ ਹੱਥ ਵਿੱਚ ਹੈ, ਤੂੰ ਆਪਣੇ ਪਿਓ ਨੂੰ ਫੋਨ ਕਰ ਬਈ ਸਕੂਟਰ ਛੱਡ ਕੇ ਜਾਵੇ। ਮੰਮੀ ਜੀ, ਮੈਂ ਨਹੀਂ ਕਰ ਸਕਦੀ ਫੋਨ, ਨਾਲੇ ਉਹਨਾਂ ਕੋਲ ਇੰਨੇ ਪੈਸੇ ਹੈ ਹੀ ਨਹੀਂ ਗੇ, ਜਿਹੜੇ ਹੈਗੇ ਸੀ ਉਹਨਾਂ ਨੇ ਵਿਆਹ 'ਤੇ ਖਰਚ ਕਰਤਾ। ਫਿਰ ਐਂ ਕਰ ਪੁੱਤ, ਚਕਾ ਇਹਦਾ ਜੁੱਲੀ ਜੱਪੜ, ਛੱਡ ਕੇ ਆਏ ਦੇ ਪੇਕੀ, ਇੱਥੇ ਇਹਦੀ ਕੋਈ ਲੋੜ ਨਹੀਂ। ਜਦੋਂ ਵਾਪਸ ਆਊਗੀ ਨਾ ਨਵਾਂ ਸਕੂਟਰ ਲੈ ਕੇ ਆਈ। ਨਹੀਂ ਭਾਈ, ਜਾ ਆਪਦੇ ਮਾਂ ਪਿਓ ਕੋਲ, ਮੇਰੇ ਮੁੰਡੇ ਨੂੰ ਰਿਸ਼ਤਿਆਂ ਦਾ ਘਾਟਾ ਨਹੀਂ, ਮੈਂ ਤਾਂ ਆਥਣੇ 20 ਰਿਸ਼ਤੇ ਲੈ ਆਵਾਂ ਆਪਣੇ ਜਵਾਕ ਲਈ, 12 ਕਿੱਲਿਆਂ ਦਾ ਮਾਲਕ ਹੈ, ਤੂੰ ਜਾ। ਸਕੂਟਰ ਤਾਂ ਮੈਂ ਲਊਂਗੀ। ਬੇਬੇ, ਆਰਾਮ ਨਾਲ ਕਹਿ ਦਿੰਦੀ, ਉਹੀ ਰਵਾਤਾ ਵਿਚਾਰੀ ਨੂੰ। ਤੂੰ ਚੁੱਪ ਕਰ ਵੇ, ਲੱਗਾ ਮੈਨੂੰ ਮੱਤਾਂ ਦੇਣ, ਨਾ ਤੈਨੂੰ ਬਾਹਲਾ ਪਤਾ। ਸਕੂਟਰ ਤਾਂ ਮੈਂ ਲੈ ਕੇ ਰਹੂੰਗੀ ਚਾਹੇ ਕੁਛ ਹੋ ਜਾਵੇ, ਜਾ ਚੁੱਪ ਕਰਾ ਲਾ ਆਪਦੀ ਕੁਛ ਲੱਗਦੀ ਨੂੰ। ਮੂੰਹ ਚੱਕ ਕੇ ਡਰਾਉਂਦੀ ਆ ਮੈਨੂੰ, ਮੈਂ ਨਹੀਂ ਤਰਸ ਤੁਰਸ ਕਰਦੀ, ਸਕੂਟਰ ਤਾਂ ਇਹਦਾ ਪਿਓ ਵੀ ਦਊ। ਮੈਂ ਤਾਂ ਜਿਉਂਦਾ ਸੀ ਜਦੋਂ ਇਹਦਾ ਪਿਓ, ਉਹਦੀ ਨਾ ਸੀ ਮੰਨੀ, ਇਹਨਾਂ ਕੱਲ੍ਹ ਦੇ ਛੋਕਰਾ ਛੋਕਰੀ ਦੀ ਕਿੱਥੋਂ ਮੰਨੂਗੀ ਮੈਂ।
ਪਿੱਛੇ ਤੋਂ ਪੇਕ ਕੇ ਚੱਲੀ ਆਂ। ਹੋਰ ਕੀ ਕਰਾਂ, ਮੰਮੀ ਜੀ ਨੇ ਇੰਨਾ ਕੁਛ ਬੋਲਿਆ ਤੁਹਾਡੇ ਸਾਹਮਣੇ ਤੇ ਤੁਸੀਂ ਮੇਰੇ ਲਈ ਇੱਕ ਸ਼ਬਦ ਨਹੀਂ ਬੋਲਿਆ। ਨਾਲੇ ਜਦੋਂ ਮੇਰਾ ਇੱਥੇ ਕੁਛ ਹੈ ਹੀ ਨਹੀਂ ਫਿਰ ਮੈਂ ਰਹਿ ਕੇ ਕੀ ਕਰਨਾ। ਉਹ ਯਾਰ ਮੰਮੀ ਦਾ ਸੁਭਾਅ ਹੀ ਗੁੱਸੇ ਵਾਲਾ, ਮੈਂ ਕੀ ਕਰਾਂ। ਜੱਸੇ ਜਿੱਦਣ ਤੁਸੀਂ ਦੇਖਣ ਗਏ ਸੀ ਉਦੋਂ ਮੇਰੇ ਡੈਡੀ ਨੇ ਵਾਰ ਵਾਰ ਪੁੱਛਿਆ ਸੀ ਵੀ ਜੇ ਕੋਈ ਮੰਗ ਹੈਗੀ ਆ ਤਾਂ ਦੱਸ ਦਿਓ। ਉਦੋਂ ਨਹੀਂ ਸੀ ਦੱਸ ਸਕਦੇ ਵੀ ਸਾਨੂੰ ਸਕੂਟਰ ਜਾਂ ਮੋਟਰਸਾਈਕਲ ਚਾਹੀਦਾ। ਯਾਰ ਮੈਂ ਕੀ ਬੋਲਦਾ, ਸਾਰੇ ਤਾਂ ਵੱਡੇ ਬੈਠੇ ਸੀ ਉੱਥੇ। ਬਸ ਰਹਿਣ ਦਿਓ, ਤੁਹਾਨੂੰ ਬੋਲਣ ਦੀ ਵੀ ਕੀ ਲੋੜ ਆ, ਤੁਸੀਂ ਵੀ ਤਾਂ ਮੰਮੀ ਜੀ ਦੇ ਪੁੱਤ ਹੀ ਹੋ, ਜਿਵੇਂ ਉਹ ਕਹਿਣਗੇ ਉਵੇਂ ਕਰਿਓ। ਇੱਦਾਂ ਦੇ ਲੋਕ ਵੀ ਹੁੰਦੇ ਆ ਦੁਨੀਆਂ 'ਤੇ, ਰਿਸ਼ਤਾ ਕਰਨ ਵੇਲੇ ਕੁਛ ਹੋਰ ਅਤੇ ਵਿਆਹ ਤੋਂ ਬਾਅਦ ਕੁਛ ਹੋਰ। ਯਾਰ ਮੈਂ ਕੀ ਕਰਾਂ ਹੁਣ। ਤੁਸੀਂ ਕੀ ਕਰਨਾ, ਮੰਮੀ ਦੇ ਗੋਡੇ ਮੋਢੇ ਲੱਗ ਕੇ ਬੈਠੇ ਰਿਹਾ ਕਰੋ, ਜਿਵੇਂ ਕਹਿਣਗੇ ਕਰੀ ਜਾਇਓ। ਮੇਰਾ ਕੀ ਇਸ ਘਰ 'ਚ ਹੁਣ, ਜਦੋਂ ਮੰਮੀ ਜੀ ਨੇ ਕਹਿਤਾ ਵੀ ਤੇਰਾ ਇੱਥੇ ਕੁਛ ਨਹੀਂ ਹੈਗਾ। ਮੈਂ ਚੱਲੀ ਹਾਂ, ਮੈਨੂੰ ਨਾ ਲੈਣ ਆਇਓ। ਛਿੰਦੋ ਗੱਲ ਤਾਂ ਸੁਣ, ਛਿੰਦੋ ਛਿੰਦੋ ਛਿੰਦੋ। ਕੀ ਛਿੰਦੋ ਛਿੰਦੋ ਲਾਈ ਆ, ਕਿਤੇ ਨਹੀਂ ਜਾਂਦੀ ਛਿੰਦੋ, ਚਾਰ ਕੁ ਦਿਨਾਂ ਤੱਕ ਉਰੇ ਆ ਜਾਊਗੀ, ਲੱਗਿਆ ਆ ਬੋਟੀ ਪਿੱਛੇ, ਛਿੰਦੋ ਛਿੰਦੋ ਛਿੰਦੋ। ਜਾ ਜਾ ਕੇ ਆਪਣਾ ਕੰਮ ਕਰ, ਜਾਲਣ ਦੇ ਜਿੱਥੇ ਜਾਂਦੀ ਆ, ਦੇਖਦੀ ਕਿੰਨਾ ਕੁ ਟਾਈਮ ਬਿਠਾ ਕੇ ਇਹਦੇ ਮਾਂ ਪਿਓ ਰੋਟੀ ਦਿੰਦੇ ਇਹਨੂੰ। ਆਇਆ ਵੱਡਾ ਛਿੰਦੋ ਦਾ ਚਮਚਾ। ਕੀ ਹੋਇਆ ਛਿੰਦੋ, ਰੋਈ ਕਾਸ ਤੋਂ ਜਾਨੀ ਆ ਤੂੰ? ਕੁਛ ਨਹੀਂ ਬੇਬੇ, ਤੁਹਾਡੇ ਬਿਨਾਂ ਨਾ ਜੀ ਜਿਹਾ ਉਤਰ ਗਿਆ ਸੀ, ਮੇਰਾ ਮਿਲਣ ਨੂੰ ਜੀ ਕੀਤਾ ਤਾਂ ਹੀ ਆ ਗਈ। ਜੱਸਾ ਕਦੋਂ ਨਹੀਂ ਆਇਆ ਪੁੱਤ? ਬਾਪੂ ਜੀ ਉਹਨਾਂ ਨੂੰ ਕੰਮ ਜਿਹਾ ਸੀਗਾ, ਨਾਲੇ ਫਸਲਵਾੜੀ ਵੀ ਸਿਰ 'ਤੇ ਆਈ ਪਈ ਆ, ਉਹਨਾਂ ਦਾ ਟਾਈਮ ਨਹੀਂ ਸੀ, ਤਾਂ ਹੀ ਮੈਂ ਸੋਚਿਆ ਮੈਂ ਇਕੱਲੀ ਜਾ ਆਉਂਦੀ ਹਾਂ। ਚੱਲ ਕੋਈ ਨਾ ਧੀਏ, ਜੇ ਛੱਡਣ ਹੀ ਆਇਆ ਤਾਂ ਲੈਣ ਆਜੂ, ਵੈਸੇ ਕੰਮਾਂ ਕਾਰਾਂ 'ਚੋਂ ਨਿਕਲਣਾ ਕਿਹੜਾ ਸੌਖਾ ਹੀ ਆ। ਹੈ ਵਧੀਆ ਕਰੇ ਤੂੰ ਆ ਗਈ, ਸਾਡਾ ਵੀ ਜੀ ਲੱਗ ਜੂ, ਜਮੇ ਜੀ ਨਹੀਂ ਲੱਗਦਾ ਤੇਰੇ ਬਿਨਾਂ। ਚੱਲ ਤੂੰ ਮੂੰਹ ਹੱਥ ਧੋ ਲੈ ਧੀਏ, ਮੈਂ ਨਾ ਤੇਰੇ ਲਈ ਕੁਛ ਬਣਾਉਂਦੀ ਹਾਂ। ਆ ਮੈਨੂੰ ਫੇਰ ਕਰਦੀਆਂ ਆਪਾਂ ਗੱਲਾਂ। ਠੀਕ ਆ ਬੇਬੇ। ਉੱਧਰ ਗਈ ਹੋਣੀ ਜੀ, ਪਹਿਲੀ ਵਾਰ ਆਪਾਂ ਤੋਂ ਐਡੀ ਦੂਰ ਗਈ ਹੈ ਨਾ। ਹੋਰ ਮਨਜੀਤ ਉੱਧਰ ਜਾਂਦਾ ਜਵਾਕ, ਉੱਧਰ ਤਾਂ ਆਪਾਂ ਪਏ ਸੀ, ਆਪਣਾ ਕਿਹੜਾ ਜੀ ਲੱਗਦਾ ਤੇ ਬਿਨਾਂ। ਚੱਲ ਤੂੰ ਐਂ ਕਰ, ਇਹਨੂੰ ਰੋਟੀ ਖਿਲਾ, ਮੈਂ ਮਾੜਾ ਜਿਹਾ ਕੰਮ ਜਾਇਆ ਵਾਂ। ਹੈ ਚਲੋ ਠੀਕ ਆ। ਕਈ ਦਿਨ ਹੋ ਗਏ ਬਹੂ ਗਈ ਨੂੰ, ਹੁਣ ਤੱਕ ਨਹੀਂ ਮੁੜ ਕੇ ਆਈ, ਮੈਨੂੰ ਲੱਗਦਾ ਸਕੂਟਰ ਲੈ ਕੇ ਆਊਗੀ, ਵੜਨ ਤਾਂ ਮੈਂ ਵੀ ਨਹੀਂ ਦਿੰਦੀ ਸਕੂਟਰ ਤੋਂ ਬਿਨਾਂ, ਦੇਖਦੀ ਹਾਂ ਕਿਵੇਂ ਵੜਦੀ ਆ। ਮੈਂ ਵੀ ਜਿੱਦ ਦੀ ਪੂਰੀ ਪੱਕੀ ਹਾਂ, ਮੈਂ ਪਿਓ ਕੰਜਰ ਨੂੰ ਨਹੀਂ ਸ਼ਰਮ ਆਈ, ਧੀ ਨੂੰ ਇੰਨਾ ਚਿਰ ਹੋ ਗਿਆ ਬਿਠਾ ਰੱਖਿਆ ਨੂੰ, ਕਿੱਡੀ ਕੁ ਗੱਲ ਹੁੰਦੀ ਆ ਸਕੂਟਰ ਦੀ। ਲੋਕੀ ਆਪਣੀਆਂ ਧੀਆਂ ਨੂੰ ਗੱਡੀਆਂ ਲੈ ਲੈ ਦਿੰਦੇ ਨੇ, ਅਤੇ ਇੱਥੋਂ ਮਰਨੇ ਤੋਂ ਸਕੂਟਰ ਨਹੀਂ ਲੈ ਕੇ ਦਿੱਤਾ ਗਿਆ, ਬਾਹਲਾ ਹੀ ਬੇਸ਼ਰਮ ਆ ਇਹਦਾ ਪਿਓ ਵੀ। ਕੋਈ ਨਹੀਂ ਆ ਲੈਣ ਦੇ, ਜਦੋਂ ਧੀ ਨੂੰ ਛੱਡਣ ਆਊਗਾ ਫਿਰ ਦੇਖੀ, ਨਾ ਧੱਕੇ ਦੇ ਜੇ ਕੱਢਿਆ ਨਾ। ਮਨਜੀਤ ਛਿੰਦਰ ਨੂੰ ਕਈ ਦਿਨ ਹੋ ਗਿਆ ਇਹਨੂੰ, ਜੱਸੇ ਦਾ ਕੋਈ ਫੋਨ ਵੀ ਨਹੀਂ ਆਇਆ, ਤੂੰ ਉਹਨੂੰ ਪੁੱਛਦਾ ਸਹੀ ਵੀ ਸੁੱਖ ਸਾਂ ਦਾ ਘਰੇ? ਮੈਨੂੰ ਤਾਂ ਐਂ ਲੱਗੀ ਜਾਂਦਾ ਵੀ ਆਪਣੀ ਛਿੰਦੂ ਗੁੱਸੇ ਹੋ ਕੇ ਆਈ ਹੋਵੇ। ਨਾ ਜੀ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ, ਜੇ ਕੋਈ ਗੱਲ ਹੁੰਦੀ ਮੈਨੂੰ ਦੱਸ ਨਾ ਦਿੰਦੀ ਉਹ। ਉਹ ਤੂੰ ਉਹਨੂੰ ਪੁੱਛਦਾ ਸੀ ਇੱਕ ਵਾਰੀ, ਕਈ ਵਾਰੀ ਛੋਟੀ ਮੋਟੀ ਗੱਲ ਹੋਵੇ ਨਾ ਜਵਾਕ ਦੱਸਦੇ ਵੀ ਨਹੀਂ ਹੁੰਦੇ, ਤੂੰ ਉਹਨੂੰ ਨਾ ਪਿਆਰ ਨਾਲ ਪੁੱਛ ਉਠਾ ਕੇ ਵੀ ਘਰੇ ਸਭ ਸੁੱਖ ਸਾਂ ਦਾ, ਘਰਾਂ ਸਭ ਠੀਕ ਠਾਕ ਆ, ਕਿਤੇ ਗੁੱਸੇ ਹੋ ਕੇ ਤਾਂ ਨਹੀਂ ਆਈ? ਮੈਨੂੰ ਤਾਂ ਨਹੀਂ ਜੀ ਲੱਗਦਾ ਹੈਗਾ ਵੀ ਇੱਦਾਂ ਦੀ ਕੋਈ ਗੱਲ ਹੋਊਗੀ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਪੁੱਛ ਲੂੰਗੀ। ਹਾਂ ਤੂੰ ਉਹਨੂੰ ਪਿਆਰ ਨਾਲ ਪੁੱਛ ਲਾ, ਜੇ ਕੋਈ ਗੱਲ ਤਾਂ ਸਾਨੂੰ ਦੱਸੇ, ਦੇਖੀ ਪਈ ਰਹਿੰਦੀ ਆ ਬਸ, ਪਹਿਲਾਂ ਵਾਂਗੂ ਹੱਸਦੇ ਖੇਡਦੇ ਵੀ ਨਹੀਂ, ਪੁੱਛ ਕੇ ਦੱਸ ਮੈਨੂੰ।
चल मैं पूछदी हां जी। हां पता नहीं की गल हुई होनी, जिदन दी आई है चुप करके पे रहिंदी है बस। इह तां इन्ना हसदी खेडदी सी। सुखो वे रब्बा की गल हो गई थी, रोई कास तो जानी हां धीए। तीन चार दिन हो गए तेनू आई नू, ना तेनू जस्सा लैन आया ना ही उहदा कोई फोन आया। की गल हो गई पुत, किते लड़ लुड़ के तो नहीं आई? नहीं गल की होगी कुड़े, तू मैनू दस ता सही, रोई कास ते जानी है तू? बेबे ओह ना स्कूटर मंगदे आ नवा, मैं क्या भी असी कित्थों लै दांगे, साड़ी ता जेड़ी माड़ी मोटी जमीन सी ओह भी मेरे बापू ने गहने रखती, ता मेरा व्याह कीता, स्कूटर कित्थों लै दांगे आपां? मेरी सस कहिंदी जिन्ना चिर स्कूटर नहीं दिंदे उत्थे ही रही, उरे पहर ना तरी। दस बेबे कुड़ियां दा कोई घर नहीं हुंदा, तुसी कह दिंदे हो भी सहुरे घरे जाओ, ओ तेरा घर आ, सहुरे कह दिंदे आ पेके घरे जा, इत्थे तेरा कुछ नहीं हैगा। बेबे हुण तू ही दस मैं कित्थे जावां? चुप कर मेरी धी। पुत आपां उहनां नूं स्कूटर कित्थों लै दांगे, अपना तो गुजारा भी मसी चलता, जिहड़ी जमीन है वह भी गहने पई आ। बेबे उन्होंने तो सीधा कहता भी जे स्कूटर लियाएगी ता आई, नहीं तो आपदे माँ प्यो दे घरे ही रही। चल पुत तू चुप कर जा, मैं ना तेरे बापू नाल गल करांगी। चुप कर मेरी धी, आ तू चाह पी लै पुत, रो ना, मैं ना तेरे बापू नाल गल कर दी हूँ, ठीक आ? हाँ मनजीत वही छिंदर नाल गलबात दस्सिया कुछ उन्हें? तुसी ठीक कहिंदे सी, कुड़ी तो गुस्से होके आई आ। गुस्से होके गल की हुई आ? 15 दिन तो हाले ब्याह हुए ने, हुणे गुस्से होके आ गई, फिर अगे जिंदगी किवें निकलूगी? छिंदो कहिंदी मेरी सस ना स्कूटर मंगदी आ, वह कहिंदी ना भी साढ़े तो आंढ गुआंढ विच सारिआं नूं गड्डियां दित्तियां, तुहाडे मापिआं तो साढ़े मुंडे नूं सैकल भी नहीं सरिया हैगा, कहिंदी भी साड़ी तो सरीके दे विच नक बढ़ी गई, वह कहती भी हूँ तो स्कूटर लैके बड़ी इत्थे, नहीं तो उत्थे ही रही। भाई हूँ दस के करिए, वो जमीन गहने धरके तो ब्याह करके हटे हैं, हूँ खड़े पैर स्कूटर कितों दे दीए? हैं हूँ इन्हों की किस्त मोड़ांगे कि स्कूटर के पैसे भरांगे? हूँ कुड़ी तो बसाउणी हो जी आपां, तुसीं आए करो पिंड च किसी तो उधारे पुछ लो, फिर आपां हौली हौली दे दांगे। वो ऐ कौन दंदा अजकल पैसे, जिदे कोल जावांगे हाला कहिंदा गहने रखो भाई कुछ, गहने की धरिए जमीन तो पहले ही गहने पई आ, ऐ कोई नहीं दंदा पैसे। वो फिर भी तुसी पता तो करो जी किसी तो, हुण आपां ने कुड़ी बूहे ते थोड़ी ना बिठा के रखनी आ। चल कोई ना, घर तो पता जे किसी तो मिल गए, मैं जाके आना किसी को। हाँ छिंद नूं ऐ कहे फिकर ना करे, सारा कुछ ठीक हो जूगा। है मैं तो बथेरा कहा जी, वह तो बस रोने ते नहीं हटती हैगी। ठीक है मैं समझाउनी उहनूं, वो ताही तो मैं तैनूं कहा थी भी तकड़े बंदे नाल मत्था नहीं लाना, उदों तो तू कहिंदी ना जी कुड़ी सुखी रहूगी, आ देख ला सुखी। मैनू की पता सी बई आए निकलूंगे, ओह उदों तो बूटा कहिंदा सी बई कुछ नहीं मंगते है साऊ बहुत है बंदे। वो ये गल्ला होंदिया ने लोगों दिया। चल कोई ना तू बैठ उहदे कोले, मैं पुछदा किसे नूं। चल ठीक है जी मैं जानी हां।
ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਆ ਵੀ ਸੁਦਾਗਰ ਸਿਆ, ਹੋਰ ਠੀਕ ਠਾਕ ਹੋ? ਹਾਂ ਜੀ। ਕਿਵੇਂ ਆਣੇ ਹੋਏ? ਬਸ ਮੈਂ ਤਾਂ ਮਾੜਾ ਜਿਹਾ ਕੰਮ ਆਇਆ ਤੁਹਾਡੇ ਕੋਲ, ਮੈਨੂੰ ਨਾ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਆ। ਕੁੜੀ ਦਾ ਵਿਆਹ ਕਰਿਆ ਨਾ। ਅੱਛਾ। ਉਹ ਨਾ ਸਕੂਟਰ ਮੋਟਰਸਾਈਕਲ ਦੀ ਮੰਗ ਕਰ ਰਹੇ ਨੇ, ਬਸ ਆਹੀ 50-60 ਹਜ਼ਾਰ ਰੁਪਈਆ, ਭਾਵੇਂ ਵਿਆਜੂ ਦੇ ਦਿਓ, ਮੈਂ ਹੌਲੀ ਹੌਲੀ ਕਰਕੇ ਮੋੜ ਦੂੰਗਾ। ਸੁਦਾਗਰ ਸਿਆਂ, ਜ਼ਮੀਨ ਤੇਰੀ ਗਹਿਣੇ ਪਈ ਆ, ਕੰਮ ਕਾਰ ਤੇਰਾ ਕੋਈ ਹੈ ਨਹੀਂ, ਮੋੜੇਗਾ ਕਿੱਥੋਂ? ਜੇ ਤਾਂ ਕੁਛ ਗਹਿਣੇ ਰੱਖਣ ਨੂੰ ਹੈਗਾ ਫਿਰ ਤਾਂ ਮੈਂ ਪੈਸੇ ਦੇ ਦੂੰਗਾ, ਨਹੀਂ ਭਰਾਵਾ ਆਪਣੇ ਕੋਲ ਜਵਾਬ ਆ। ਦੇਖ ਲਓ ਬਾਈ। ਨਾ ਜੀ, ਨਾ ਹੋਣਾ ਨਹੀਂ। ਦੇਖ ਲਓ ਬਾਈ, ਜੇ ਕੁਛ ਹੋ ਸਕਦਾ, ਮੈਂ ਤਾਂ ਬਹੁਤ ਆਸ ਲੈ ਕੇ ਆਇਆ ਤੁਹਾਡੇ ਕੋਲ, ਤੁਹਾਡੇ ਆਸਰੇ ਮੇਰੀ ਕੁੜੀ ਬਚ ਜੂਗੀ ਬਾਈ। ਕਮਲਾ ਨਾ ਬਣ ਸੁਦਾਗਰ ਸਿਆਂ, ਜਿਸ ਹਿਸਾਬ ਨਾਲ ਤੂੰ ਕਰਜ਼ਾ ਚੱਕੀ ਜਾਂਦਾ, ਆਉਣ ਵਾਲੇ ਟਾਈਮ ਤੂੰ ਰੋਟੀ ਤੋਂ ਵੀ ਔਖਾ ਹੋ ਜਾਣਾ, ਤੈਨੇ ਆਪਣੀ ਜ਼ਿੰਦਗੀ ਵੀ ਤਾਂ ਕੱਢਣੀ ਹੈਗੀ ਆ। ਉਹ ਤਾਂ ਗੱਲ ਤੇਰੀ ਠੀਕ ਆ, ਮੈਂ ਤਾਂ ਮੋੜੇ ਦੇਣੇ ਨੇ ਤੁਹਾਡੇ, ਮੈਂ ਕਿਹੜਾ ਰੱਖਣ ਲੱਗਿਆ? ਦੇਖ ਭਾਈ ਸੁਦਾਗਰ ਸਿਆਂ, ਜੇ ਤਾਂ ਕੁਝ ਗਹਿਣੇ ਰੱਖਣ ਨੂੰ ਹੈਗਾ ਫਿਰ ਤਾਂ ਮੈਂ ਪੈਸੇ ਦੇ ਦੂੰ, ਨਹੀਂ ਭਰਾਵਾ ਔਖਾ, ਲਾਰੇ ਨਾਲੋਂ ਤਾਂ ਜਵਾਬ ਚੰਗਾ ਹੁੰਦਾ। ਠੀਕ ਹੈ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੋੜਦੇ ਤਾਂ ਹੈ ਨਹੀਂ, ਲੈਣ ਆ ਜਾਂਦੇ ਨੇ। ਸੁਦਾਗਰ ਸਿਆਂ, ਕਿੱਥੋਂ ਲੈ ਕੇ ਦੇਗਾ ਤੂੰ ਕੁੜੀ ਦੇ ਸਹੁਰਿਆਂ ਦਾ ਸਕੂਟਰ? ਪੈਸੇ ਦਾ ਵੀ ਜਵਾਬ ਮਿਲ ਗਿਆ, ਜ਼ਮੀਨ ਵੀ ਗਹਿਣੇ ਪਈ ਆ, ਕੀ ਕਰੇਗਾ ਹੁਣ? ਕੋਈ ਰਾਹ ਨਹੀਂ ਲੱਭਦਾ। ਕੀ ਕਰੇਗਾ, ਹਨੇਰਾ ਹੀ ਹਨੇਰਾ ਦਿਖ ਰਿਹਾ ਸਾਰੇ ਪਾਸੇ, ਕਿਸੇ ਪਾਸੇ ਕੋਈ ਆਸ ਦੀ ਕਰਨਾ ਨਹੀਂ ਆ ਰਹੀ, ਕਿਵੇਂ ਵਸਾਏਗਾ ਆਪਣੀ ਧੀ ਨੂੰ? ਐਂ ਤਾਂ ਤੈਨੂੰ ਕਿਸੇ ਨੇ ਪੈਸੇ ਨਹੀਂ ਦੇਣੇ ਸੁਦਾਗਰ ਸਿਆਂ, ਜ਼ਮੀਨ ਵੀ ਗਹਿਣੇ ਪਈ ਆ, ਧੀ ਦੇ ਸਹੁਰੇ ਵੀ ਲਾਲਚ ਨਿਕਲ ਗਏ। ਕੀ ਹੋ ਗਿਆ ਜੀ, ਸੁੱਤੇ ਨਹੀਂ ਹੈਗੇ ਹਲੇ ਤੱਕ? ਕੀ ਗੱਲ ਹੋ ਗਈ, ਅੱਧੀ ਰਾਤ ਹੋਈ ਪਈ ਆ, ਕੀ ਸੋਚੀ ਜਾਂਦੇ ਆ ਬੈਠੇ? ਮਨਜੀਤ ਕੁਰੇ, ਉਸ ਪਿਓ ਦੀਆਂ ਅੱਖਾਂ 'ਚ ਨੀਂਦ ਕਿੱਥੇ, ਜਿਹਦੀ ਧੀ ਵਿਆਹ ਤੋਂ ਬਾਅਦ ਘਰੇ ਆ ਕੇ ਬਹਿ ਜੇ, ਕਿੰਨੇ ਚਾਵਾਂ ਨਾਲ ਵਿਆਹ ਕਰਿਆ ਸੀ, ਹੁਣ ਇਹਦੇ ਸਹੁਰੇ ਸਕੂਟਰ ਮੰਗਦੇ ਨੇ, ਕਿਵੇਂ ਦਊਂਗਾ, ਕਿੱਥੋਂ ਦਊਂਗਾ? ਬਸ ਇਹੀ ਸੋਚ ਸੋਚ ਕੇ ਨੀਂਦ ਨਹੀਂ ਆ ਰਹੀ। ਕੋਈ ਨਾ, ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਹੈ। ਮਨਜੀਤ ਕੁਰੇ, ਕਿੰਨਾ ਬੇਭਾਗ ਹਾਂ ਮੈਂ, ਕਿੰਨਾ ਮਜਬੂਰ ਹਾਂ, ਕਿੰਨਾ ਮਾੜੇ ਕਰਮ ਵਾਲਾ, ਪੈਸਾ ਵੀ ਨਹੀਂ ਲਵੇਗਾ, ਜ਼ਮੀਨ ਵੀ ਗਹਿਣੇ ਪਈ ਆ, ਸ਼ਿੰਦੋ ਦੇ ਸਾਰਿਆਂ ਨੂੰ ਸਕੂਟਰ ਚਾਹੀਦਾ, ਵੀ ਸ਼ਿੰਦੋ ਛੇਤੀ ਸਕੂਟਰ ਲੈ ਕੇ ਆ ਜੇ, ਫਿਰ ਹੁਣ ਇਸ ਗੱਲ ਦਾ ਕੀ ਭਰੋਸਾ ਕਿ ਸਕੂਟਰ ਦੇਣ ਤੋਂ ਬਾਅਦ ਉਹਨਾਂ ਦੀ ਮੰਗ ਹੋਰ ਨਹੀਂ ਵਧੂਗੀ, ਉਹਨਾਂ ਦਾ ਲਾਲਚ ਹੋਰ ਵੀ ਵਧੂਗਾ? ਕਾਲੇ ਲਾਲਚੀ ਲੋਕ ਨਿਕਲੇ, ਜੇ ਕੁਛ ਹੋਰ ਮੰਗ ਕੇ ਬਹਿ ਗਏ ਫਿਰ ਕੀ ਕਰਾਂਗੇ, ਪੈਸਾ ਤਾਂ ਪੈਰੇ ਨਹੀਂ ਲਵੇ। ਹੋਰ ਜੀ, ਰਿਸ਼ਤਾ ਕਰਨ ਤੋਂ ਪਹਿਲਾਂ ਆਪਾਂ ਨੇ ਕਿਹੜੇ ਕੋਈ ਪੁੱਛ ਪੜਤਾਲ ਕੀਤੀ ਆ, ਜੇ ਪਹਿਲਾਂ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇੱਦਾਂ ਦੇ ਬੰਦੇ ਹੈ, ਇੰਨੇ ਲਾਲਚੀ ਹੈ, ਫਿਰ ਆਪਾਂ ਕਾਹਨੂੰ ਰਿਸ਼ਤਾ ਕਰਦੇ ਉੱਥੇ? ਹੁਣ ਕੀ ਪਤਾ ਸੀ ਵੀ ਉਹਨਾਂ ਨੇ ਸਾਡੇ ਨਾਲ ਇੱਦਾਂ ਕਰਨੀ ਆ? ਜਦ ਤਾਂ ਵਿਚੋਲਾ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਸਾਰੀ, ਜਦ ਤਾਂ ਇਹਦੀ ਸੱਸ ਵੀ ਕਹਿੰਦੀ ਸਾਨੂੰ ਕੁਛ ਨਹੀਂ ਚਾਹੀਦਾ, ਹੁਣ ਕੀ ਪਤਾ ਵੀ ਕਿ
चलो सौ जाओ हुण, सवेरे देखदे की हुंदा है। तू सो जा, मैं तो हाले नींद नहीं आ रही। चल हुण सोचदा ना रही, है पै जा हुण, देखी जाऊगी, सवेरे गल करदे आपां। हाँ पै जा तू। लोग की कहणगे धी ब्याई सी, वह भी बूहे आके बहगी, ओनू एक स्कूटर नहीं दे सका तू। मैं अपनी धी की छोटी जी मंग नहीं पूरी कर सकता, जीण का कोई हक नहीं मैनू। ਰੱਬਾ ਜੇ ਕਿਸੇ ਘਰ 'ਚ ਧੀਆ ਦਿੰਦਾ ਨਾ ਤਾਂ ਥੋੜ੍ਹੀ ਤਾਂ ਥੋੜ੍ਹੀ ਤਾਂ ਦੌਲਤ ਵੀ ਦੇ ਦੇ ਕਰ, ਤਾਂ ਕਿ ਮੇਰੇ ਵਰਗੇ ਮਜ਼ਬੂਰ ਬਾਪ ਨੂੰ ਜ਼ਹਿਰ ਨਾ ਪੀਣਾ ਪਵੇ। ਕਰ ਸਿਆ ਕੋਈ ਹੱਕ ਨਹੀਂ ਤੈਨੂੰ ਜੀਣ ਦਾ, ਇਹ ਤੋਂ ਚੰਗਾ ਤਾਂ ਤੂੰ ਮਰ ਜਾ। ਜਿਹੜਾ ਬੰਦਾ ਆਪਣੀ ਇਕੱਲੀ ਧੀ ਦੇ ਸੁਪਨੇ ਨਾਲ ਪੂਰੇ ਕਰ ਸਕਦਾ ਹੋਵੇ, ਕੋਈ ਹੱਕ ਨਹੀਂ ਉਹਨੂੰ ਜੀਣ ਦਾ। माफ कर दे मेरी धीए, हैं ये कितने भाग गया तड़के, नहीं छिंदो तेरा बापू नहीं हैगा मंजे ते, किथे गया हो सवेरे सवेरे? मम्मी बापू ने किथे जाना, डंगरां नू कख कुख पौंदा होना। कुड़े जाके देखता सही, तू देख दिया। ले बापू उरे की करदा, उधर बेबे फिकर करी जांदी आ। बापू है?
की गल हो गई बेबे? की हो गया सिंधु? बेबे बापू नू, बेबे बापू ने दवाई पी ली। हाय मैं मर गई। आ की कर लिया तुसी सिंधु दे बापू? बापू बापू आ की कीता तू? बापू बापू उठ जा। बापू उठ जा। बापू की हो गया तेनू? की कर लिया? बापू बापू मैं लुटी गई। बापू बापू हाँ की कीता तू? बापू बापू उठ जा। बापू हाँ बापू गया। बापू उठ जा। बापू की हो गया ते बापू? बापू आहा की पाना बापर गया। चिंदो की लिखिया चिट्ठी च? मैनू माफ करी तीए, मैं तेरा दुख नहीं देख सकता। तेरे लालची सौरे दियां लोड़ा मैं तो पूरियां नहीं हुंदियां। एक प्यो नू एदे तो वड्डा दुख होर कोई नहीं हो सकता। जिहदी धी विआह तो बाद भी ओदे बूए बैठी होवे। मैनू माफ कर दी मेरी धीए। मैं तेनू स्कूटर नहीं लेके दे सकिया बेबे। एक दाज दे लालचियां ने साडा सारा घर उजाड़ता बेबे। मेरा घर भी नहीं वसन दिता, मेरी मां दा घर भी उजाड़ता। हाय रब्बा की करा मैं, की करा इन्ना दाज दे लोभियां दा? क्यों तू ए ओजे बंदे धरती ते भेजदा रब्बा? Oh, my God.